ਇਹ ਜੇ ਭਗਵੰਤ ਮਾਨ ਨੂੰ ਇਹ ਡਰ ਹੈ ਨਾ ਸੁਖਪਾਲ ਸਿੰਘ ਖਹਿਰੇ ਦਾ ਮੈਨੂੰ ਲੱਗਦਾ ਵੀ ਇਹ ਆਪਦੇ ਆਉਣ ਵਾਲੇ ਬੱਚਿਆਂ ਦਾ ਜਾਂ ਪਰਿਵਾਰ ਦਾ ਕਿਸੇ ਦਾ ਨਾਂ ਸੁਖਪਾਲ ਸਿੰਘ ਨਹੀਂ ਰੱਖੂਗਾ ਕਿਉਂਕਿ ਸੁਖਪਾਲ ਸਿੰਘ ਤੋਂ ਇੰਨਾ ਹੀ ਡਰਦਾ ਇਹ ਕਿਉਂ ਖਹਿਰੇ ਤੋਂ ਤਾਂ ਡਰਦਾ ਹੀ ਡਰਦਾ ਖਹਿਰਾ ਦਾ ਸੇਕਦਾ ਹੁੰਦਾ ਨੀਗਾ ਇਹ ਜਿਹੜਾ ਇਹਨਾਂ ਦਾ ਨਾਂ ਸਰਨਾਮ ਹੁੰਦਾ ਇਹ ਸੁਖਪਾਲ ਵੀ ਰੱਖਣ ਨੂੰ ਤਿਆਰ ਨਹੀਂ ਕਿਸੇ ਦਾ ਵੀ ਯਾਰ ਜੇ ਕਿਸੇ ਇਹਦੇ ਇਹਦੀ ਐਮਐਲਏ 92 ਐਮਐਲਏ ਦੇ ਵਿੱਚ ਕਿਸੇ ਦਾ ਨਾਂ ਸੁਖਪਾਲ ਵੀ ਹੋਇਆ ਨਾ ਇਹ ਉਹਨੂੰ ਵੀ ਨਫ਼ਰਤ ਕਰਦਾ ਹੋਊਗਾ ਸੁਖਪਾਲ ਸਿੰਘ ਖਹਿਰੇ ਦੇ ਨਾਂ ਤੋਂ ਨਫ਼ਰਤ ਹੋ ਗਈ ਇਹਨੂੰ ਕਿਉਂਕਿ ਉਹ ਸੱਚਾ ਸੱਚਾ ਹੈ ਉਹ ਇਹਨਾਂ ਦੀਆਂ ਜੋ ਕਮੀਆਂ ਸਰਕਾਰ ਯਾਰ ਕਮੀਆਂ ਮੈਂ ਤਾਂ ਕਹਿੰਦਾ ਵੀ ਸੱਚਾ ਦੋਸਤ ਹੀ ਉਹ ਹੁੰਦਾ ਹੈ ਜਿਹੜਾ ਤੁਹਾਡੀਆਂ ਕਮੀਆਂ ਦੱਸਦਾ ਜੇ ਸਿੱਧੂ ਸਾਹਿਬ ਤੈਨੂੰ ਵੀ ਕਿਸੇ ਨੇ ਕਹਿਦਾ ਨਾ ਵੀ ਇੱਥੇ ਤੂੰ ਗਲਤ ਹੈ ਤੈਨੂੰ ਉਹਦਾ ਦੁਸ਼ਮਣ ਨਾ ਬਣੀ ਤੈਨੂੰ ਉਹਨੂੰ ਵਿਚਾਰ ਨਾ ਦਾ ਪਾਉਣਾ ਯਾਰ ਇਹ ਤਾਂ ਕਹਿੰਦਾ ਵੀ ਸਰਕਾਰ ਇੱਥੇ ਗਲਤ ਹੈ ਸੁਖਬਾਲ ਸਿੰਘ ਖੇਰਾ ਵੀ ਤੁਸੀਂ ਯਾਰ ਇੱਥੇ ਗਲਤੋਂ ਇੱਥੇ ਗਲਤੋਂ ਆ ਤੁਸੀਂ ਆ ਕਰ ਰਹੇ ਹੋ ਕਟਾਰੂ ਚੱਕ ਨੇ ਕੀ ਕੀਤਾ ਕਟਾਰੂ ਚੱਕ ਦਾ ਮੁੱਦਾ ਚੱਕਿਆ ਸਰਬਜੀਤ ਨੇ ਕੀ ਕੀਤਾ ਉਹਦਾ ਮੁੱਦਾ ਚੱਕਿਆ ਮੈਂ ਕਾਂਗਰਸ ਨੂੰ ਵੀ ਕਹਿਣਾ ਵੀ ਕਾਂਗਰਸੀ ਕੋਈ ਯਾਰ ਕੱਲਾ ਖਹਿਰਾ ਮੁੱਦੇ ਚੱਕਦਾ ਜਦੋਂ ਕੁਟਾਰੂ ਚੱਕਦਾ ਮੁੱਦਾ ਚੱਕਿਆ ਇੱਕ ਵੀ ਆਪਣਾ ਕਾਂਗਰਸੀ ਖਰੇ ਦੇ ਮਗਰ ਨਹੀਂ ਆ ਕੇ ਖੜਾ ਚਾਹੇ ਵਿਰੋਧੀ ਦਰਦਾ ਨੇਤਾ ਸੀ ਚਾਹੇ ਉਹ ਪ੍ਰਧਾਨ ਸੀ ਤੇ ਚਾਹੇ ਕੋਈ ਦੂਜਾ ਤੀਜਾ ਐਮਐਲਏ ਸੀ ਜਿੱਦੋਂ ਵੀ ਸਰਬਜੀਤ ਦਾ ਮੁੱਦਾ ਚੱਕਿਆ ਇਹ ਮੋਗੇ ਲਾਇਆ ਸੀ ਨਧਰਨਾ ਹਾਂ ਜਗਰਾਉਂ ਜਗਰਾਉਂ ਜਗਰਾਮਾਂ ਦੇ ਵਿੱਚ ਆ ਕੇ ਨਧਰਨਾ ਲਾਤਾ ਇੱਕ ਵੀ ਨਾਮਵਰ ਕਾਂਗਰਸੀ ਨਹੀਂ ਮਿਲਦੀ ਸੀ ਮੈਨੂੰ ਉੱਥੇ ਚਲੋ ਵਰਕਰ ਗਏ ਵਰਕਰੇ ਦੀ ਪਿੱਠ ਤੇ ਖੜਦੇ ਆ ਯਾਰ ਪਰ ਇਹ ਆਪਦੇ ਹਲਕੇ ਦੇ ਵਰਕਰਾਂ ਦੀ ਪਿੱਠ ਤੇ ਖੜਦਾ। ਮੈਂ ਖੈਰੇ ਨੂੰ ਵੀ ਬੇਨਤੀ ਕਰਦਾ ਹਾਂ ਵੀ ਕੱਲੇ ਵਰਕਰ ਤੇਰੇ ਪੁਲਤਥ ਦੇ ਨਹੀਂਗੇ। ਤੂੰ ਪੰਜਾਬ ਦੇ ਵਿੱਚ ਖਾਸ ਕਰ ਮਾਲਵੇ ਦੇ ਵਿੱਚ ਮਾਲਵੇ ਦੇ ਲੋਕ ਹਨ ਜਿਹੜੇ ਇਹ ਸੱਚੇ ਸੋਚੇ ਆ। ਇੱਥੇ ਵੀ ਆ ਕੇ ਤੂੰ ਵਰਕਰਾਂ ਦੀ ਪਿੱਠ ਤੇ ਖੜ। ਜੋ ਵਰਕਰ ਦੇ ਨਾਲ ਧੱਕਾ ਹੁੰਦਾ ਕਿਸੇ ਵੀ ਕਾਂਗਰਸੀ ਨਾਲ ਸਹੀ ਹੈ। ਤੂੰ ਆ ਕੇ ਉਹਦੀ ਪਿੱਠ ਤੇ ਖੜ ਪਰ ਤੇਰੀ ਅਸੀਂ ਪਿੱਠ ਨਹੀਂ ਲੱਗਣ ਦੇਵਾਂਗੇ। ਸਾਨੂੰ ਕੁਝ ਵੀ ਕਰਨਾ ਪੈ ਜੇ ਇਹ ਲੀਡਰ ਆਉਣ ਵੱਡੇ ਨਾਮ ਇਥੇ ਵਰਕਰ ਜ਼ਰੂਰ ਜਾਣਗੇ ਮੈਂ ਵਰਕਰਾਂ ਨੂੰ ਫੇਰ ਬੇਨਤੀ ਕਰਦਾ ਵੀ ਸੁਖਪਾਲ ਸਿੰਘ ਖੈਰੇ ਦੀ ਪਿੱਠ ਨਹੀਂ ਲੱਗਣ ਦੇਣੀ ਉਹਦੇ ਪਰਿਵਾਰ ਨੂੰ ਪਰਿਵਾਰ ਨੂੰ ਮੁੜਕਾ ਨਹੀਂ ਆਉਣ ਦੇਣਾ ਆਪਾਂ ਉਹਨੂੰ ਬੇਇੱਜ਼ਤ ਬਾਹਰ ਲਿਆਉਣਾ ਹੈ ਉਹਦੇ ਤੇ ਕੁਝ ਵੀ ਕਰ ਲੈਣਾ ਯਾਰ ਇਹ ਇੱਕ ਜਿੰਨਾ ਜ਼ੋਰ ਲੱਗਦਾ ਹੈ ਸਰਕਾਰ ਹੁਣ ਲਾ ਲੇ ਮੈਂ ਭਗਵੰਤ ਮਾਨ ਨੂੰ ਫੇਰ ਬੇਨਤੀ ਕਰਦਾ ਵੀ ਦੂਸ ਸੁਖਪਾਲ ਸਿੰਘ ਖੈਰੇ ਨੂੰ ਜੋ ਕਰਨਾ ਕਰਨਾ ਕਾਲੇ ਪਾਣੀ ਭੇਜ ਦੇ ਅਸੀਂ ਉੱਥੋਂ ਵੀ ਛਡਾ ਲਿਆਵਾਂਗੇ ਪਰ ਤੂੰ ਸਦਨਾ ਕਸਾਈ ਨਾ ਬਣ ਮੈਂ ਤੈਨੂੰ ਫੇਰ ਬੇਨਤੀ ਕਰਦਾ ਸਦਨਾ ਕਸਾਈ ਨੇ ਨਵਾਂ ਪਿਰਤ ਪਾਈ ਸੀ ਉਹ ਇਹਨੂੰ ਭਗਵੰਤ ਮਾਨ ਨੂੰ ਭੁਗਤ ਨਹੀਂ ਪੈਣੀ ਆ ਚਾ ਕਾਲੀਆਂ ਦੀ ਸਰਕਾਰ ਆ ਜੇ ਤੇ ਚਾਹੇ ਆ ਜੇ ਕਾਂਗਰਸ ਦੀ ਉਹ ਕਹਿੰਦਾ ਸੀ ਸੁਖਜਿੰਦਰ ਦਾਵਾ ਕਹਿੰਦਾ ਤੁਹਾਡੀਆਂ ਪੰਜਣੀਆਂ ਨੂੰ ਤੇਲ ਲਾ ਲਾ ਅਸੀਂ ਪਿੰਜਣੀਆਂ ਵੜੀਆਂ ਕੁਟਦੇ ਹੁੰਨੇ ਕਿਉਂਕਿ ਮੈਂ ਵੀ ਕਹਿੰਦਾ ਜੇਲ੍ਹ ਮੰਤਰੀ ਰਹੇ ਇੰਨੀਆਂ ਬੇਇਨਤਗਾ ਕਰਦਾ ਹੋਇਆ ਫਿਰ ਮੈਂ ਤੁਹਾਨੂੰ ਕਹਿੰਦਾ ਵੀ ਸੁਖਪਾਲ ਸਿੰਘ ਖੈਰੇ ਦੀ ਪੂਰੀ ਮਦਦ ਕੀਤੀ ਜਾਵੇ ਹਾਈ ਕਮਾਂਡ ਵੀ ਕਰੇ ਰਾਹੁਲ ਗਾਂਧੀ ਵੀ ਕਰੇ ਪੰਜਾਬ ਦੇ ਲੀਡਰ ਵੀ ਕਰਨ ਤੇ ਪੰਜਾਬ ਦੇ ਵਰਕਰ ਖਾਸ ਕਰਕੇ ਉੱਥੇ ਪਹੁੰਚਣ ਜਿੱਥੇ ਸਰਦਾਰ ਸੁਖਪਾਲ ਸਿੰਘ ਖੈਰੇ ਦਾ ਪੁੱਤਰ ਕਹੂਗਾ ਅਸੀਂ ਉੱਥੇ ਪਹੁੰਚਾਂਗੇ ਖੈਰਾ ਸਾਹਿਬ ਦੀ ਗ੍ਰਿਫਤਾਰੀ ਹੈ ਉਹ ਇਹਨਾਂ ਨੂੰ ਮੌਜੂਦਾ ਜੋ ਹਾਕਮ ਬੈਠੇ ਆ ਉਹਨਾਂ ਨੂੰ ਇਹ ਰਾਤ ਨੂੰ ਵੀ ਡਰਾਉਂਦਾ ਹੈ ਹੂੰ ਰਾਤ ਨੂੰ ਮੌਜੂਦਾ ਜੋ ਵੀ ਹਾਕਮ ਹੈ ਮੌਜੂਦਾ ਹਾਕਮ ਦਾ ਮਤਲਬ ਮੁੱਖ ਮੰਤਰੀ ਹਾਂ ਇਹ ਮੁੱਖ ਮੰਤਰੀ ਨੂੰ ਰਾਤ ਨੂੰ ਵੀ ਡਰਾਉਂਦਾ ਹੈ ਹੋ ਸਰਦਾ ਸਰਦਾਰ ਭਗਵੰਤ ਸਿੰਘ ਮਾਨ ਤੇ ਇੱਕ ਨਸ਼ੇ ਦਾ ਲੱਗਦਾ ਹੈ ਵੀ ਇਹ दारू ਪੀਂਦੇ ਆ ਆਪਾਂ ਤਾਂ ਵੇਖੇ ਨਹੀਂ ਆਪਾਂ ਕਿਹਾ ਵਿਚਾਰੇ ਨੂੰ ਪਿਆ ਕੇ ਆਏ ਆ ਪਰ ਮੈਨੂੰ ਇਹ ਲੱਗਦਾ ਵੀ ਜਿੱਦਾਂ ਦਾ ਸ਼ਕਪਾਲ ਸਿੰਘ ਖਹਿਰਾ ਇਹਦੇ ਵਿਰੋਧੀ ਧਿਰ ਦੇ ਸਾਹਮਣੇ ਬੈਂਚ ਤੇ ਬੈਠਾ ਨਾ ਜੇ ਮੇਰਾ ਵੀਰੇ ਇਹਦੀਆ ਪੀਂਦਾ ਸੀ ਨਾ ਤੇ ਮੈਨੂੰ ਇਹ ਲੱਗਦਾ ਵੀ ਇਹਨੂੰ ਰਾਤ ਨੂੰ ਉੱਠ ਕੇ ਡੇਢ ਬੋਤਲ ਹੋਰ ਪੀਣੀ ਪੈਂਦੀ ਐ ਇਹ ਬੰਦੇ ਨੂੰ ਫੇਰ ਨੀਂਦ ਆਉਂਦੀ ਹੋਊਗੀ ਤੈਨੂੰ ਸੁਖਪਾਲ ਸਿੰਘ ਕਹ ਰਿਹਾ ਇਹਨੂੰ ਦਿਨੇ ਵੀ ਡਰਾਉਂਦਾ ਤੇ ਰਾਤ ਨੂੰ ਵੀ ਡਰਾਉਂਦਾ